वेलकम बैक टू न्यूज़ टीवी 84 व्यूअर्स। लगभग 3 साल पहला 29 मार्च 2012 नूं गुरदासपुर जिले के पिंड चोर सिद्धवां नाल संबंधित इंजीनियरिंग कॉलेज गुरदासपुर के विद्यार्थी भाई जसपाल सिंह नूं पुलिस ने बड़ी बेरहमी दे नाल गोलियां मार के शहीद किया। कातल पुलिसियां नूं मुड़ नौकरियां ते बहाल कर दिता गया अते इनकुआरियां दा सहारा लैके कातल पुलिसिये हाई कोर्ट विच वी बरी हो गए। पिछले दिन उसी गुरदासपुर जिले के दीनानगर शहर के हिंसक घटना वापरी है और पुलिस थाने ते भी हमला होया तो मरण वाले पुलिस SP बलजीत सिंह भी बड़ा वड्डा शहीद बना के पेश किया जा रहा है। व्यूअर सिख कौम का शहीद भाई जसपाल सिंह है जिस बेगुनाह नूं पुलिस ने मारिया सी पर किसी नूं भी सजा याफ्ता नहीं किया गया। अज असी शहीद भाई जसपाल सिंह जी के पिता सरदार गुरचरणजीत सिंह जी नाल गलबात करांगे जिहड़े कि इस वेले साडे नाल फोन लाइन ते जुड़ चुके हैं। जी भाई साहब, वाहेगुरु जी का खालसा, वाहेगुरु जी की फतेह। वाहेगुरु जी का खालसा, वाहेगुरु जी की फतेह। जी जी वीर जी, सब तो पहले असीं दीनानगर तो शुरू करते हैं, जिहड़ी दीनानगर दे विच घटना वापरी है इस बारे तो साडे दर्शकां नूं की कहना चाहोगे? हाँ जी, तुहाडा दा सारे वाहेगुरु जी का खालसा, वाहेगुरु जी की फतेह। ये जो अज तो 4 दिन पहला दीनानगर विच गोलीकांड होया पुलिस दे नाल जी, तकरीबन 3 जो मिलीटेंट आए सी, ये तो बोल रहे भी पाकिस्तान दे विचों आए सन। हाँ जी, जो भारत सरकार तकरीबन पंजाब वाले जो बयान दे रहे हैं प्रकाश सिंह बादल के पाकिस्तान की शरारत है जी, लेकिन जो पाकिस्तान दे विचों इन्हों का एक तो बयान नहीं रहा। एक तो बोल रहा जी दरिया के रस्ते आए हैं, दूर कभी कह देंगे कि जम्मू के रस्ते आए हैं जी। जिथे भैन जी देखने वाली चीज है जम्मू और पंजाब की सरहद, जिथे सरहद पैंदी आ हाँ जी, ਉੱਥੇ ਬਹੁਤ ਇਹਨਾਂ ਨੇ ਪੁਖਤਾ ਪ੍ਰਬੰਧ ਕੀਤੇ ਹੋਏ ਨੇ। ਜੋ ਬੱਸ ਵੀ ਆਉਂਦੀ ਆ ਜੰਮੂ ਤੋਂ ਉਹਦੀ ਵੀ ਬੜੀ ਚੈਕਿੰਗ ਹੁੰਦੀ ਆ, ਹਰ ਚੀਜ਼ ਦੀ ਚੱਪਾ ਚੱਪਾ ਚੈਕਿੰਗ ਹੁੰਦੀ ਆ ਜੀ ਉੱਥੇ ਜੀ ਜੀ। ਉੱਥੋਂ ਕੋਈ ਚੀਜ਼ ਜਿਹੜੀ ਆ ਉਹ ਅੰਦਰ ਨਹੀਂ ਆ ਸਕਦੀ। ਦੂਸਰੀ ਗੱਲ ਦਰਿਆ ਵਾਲੀ ਜਾ ਗਈ, ਦਰਿਆ ਦੇ ਵਿੱਚ ਇਸ ਟਾਈਮ ਇੰਨਾ ਪਾਣੀ ਆਇਆ ਹੈ, ਅਗਰ ਦਰਿਆ ਦੇ ਰਸਤੇ ਆਏ ਤੋਂ ਦਰਿਆ ਤੋਂ ਪੰਜਾਬ ਦੇ ਵਿੱਚ ਪੈ ਰਿਹਾ, ਉਹ ਦਰਿਆ ਦੇ ਵਿੱਚ ਬੇੜੀਆਂ ਇਹਨਾਂ ਦੀਆਂ ਸਨ, ਬਾਦਲਾਂ ਦੀਆਂ, ਜਿਹਨਾਂ ਨੇ ਇਹਨਾਂ ਨੂੰ ਲੈ ਕੇ ਆਂਦਾ ਇੱਥੇ ਜੀ। ਜੀ ਬਿਲਕੁਲ, ਹਾਂਜੀ, ਇੱਕ ਸਰੇਆਮੇ ਝੂਠ ਬੋਲ ਰਹੇ ਨੇ, ਔਰ ਦੂਸਰਾ ਜਦੋਂ ਉਹਨਾਂ ਨੇ ਚਲੋ ਪਹਿਲਾਂ ਉਹਨਾਂ ਨੇ ਬੰਬ ਵੀ ਬੋਲਦੇ ਲਾਏ ਰੇਲ ਦੇ ਰੇਲਵੇ ਲਾਈਨ ਦੇ ਉੱਤੇ, ਤਕਰੀਬਨ ਪਠਾਨਕੋਟ ਤੋਂ ਜੋ ਗੁਰਦਾਸਪੁਰ ਨੂੰ ਰੇਲਵੇ ਲਾਈਨ ਆਉਂਦੀ ਆ ਹਾਂਜੀ, ਔਰ ਬਾਅਦ ਦੇ ਉੱਤੇ ਬਾਅਦ ਦੇ ਵਿੱਚ ਉਹਨਾਂ ਨੇ ਜੋ ਦੀਨਾਨਗਰ ਪੁਲਿਸ ਥਾਣੇ ਉੱਤੇ ਹਮਲਾ ਕੀਤਾ, ਆਣ ਕੇ ਪਹਿਲਾਂ ਬੱਸ ਨੂੰ ਰੋਕਿਆ, ਬੱਸ ਨੇ ਜੁਗੀ ਜੀ, ਬੱਸ ਤੇ ਵੀ ਇੱਕ ਫਾਇਰਿੰਗ ਕੀਤੀ ਜੀ। ਉਸ ਤੋਂ ਬਾਅਦ ਉਹ ਦੀਨਾਨਗਰ ਥਾਣੇ ਦੇ ਅੰਦਰ ਵੜ ਗਏ ਹਾਂਜੀ, ਔਰ ਥਾਣੇ ਦੇ ਅੰਦਰ ਵੜਨ ਤੋਂ ਬਾਅਦ ਇਹ ਜੋ ਪੰਜਾਬ ਪੁਲਿਸ ਆ ਇਹਦੀ ਨਲਾਇਕੀ ਦੇਖੋ, ਇੰਨੇ ਪੁਲਿਸ ਮੁਲਾਜ਼ਮ ਹੋਣ ਦੇ ਬਾਵਜੂਦ ਵੀ ਇਹਨਾਂ ਕੋਈ ਕਾਰਵਾਈ ਨਹੀਂ ਹੋਈ ਉੱਥੇ ਜੀ, ਤੇ ਬਾਰ ਬਾਰ ਹੀ ਫਾਇਰਿੰਗ ਕਰਦੇ ਰਹੇ। ਜਦੋਂ ਬਾਅਦ ਵਿੱਚ ਮਿਲਟਰੀ ਨੂੰ ਆਰਡਰ ਮਿਲਿਆ, ਮਿਲਟਰੀ ਨੇ ਜਾ ਕੇ ਕਵਰੇਜ ਕੀਤੀ ਔਰ ਪੂਰਾ ਉਹ 3 ਜੋ ਮਿਲੀਟੈਂਟ ਸੀ ਮਾਰ ਗਿਰਾਏ ਹਾਂਜੀ, ਔਰ ਪੁਲਿਸ ਵਾਲਿਆਂ ਨੇ ਤਾਂ ਉੱਥੇ ਕੋਈ ਕਾਰਵਾਈ ਨਹੀਂ ਕੀਤੀ। ਇਹਨਾਂ ਨੇ ਆਪਣੇ 3 ਬੰਦੇ ਮਰਵਾਏ ਜੋ ਅੱਗੇ ਅੱਗੇ ਭੁਰਕਦੇ ਹੋਣਗੇ, ਕਿਉਂਕਿ ਇਹਨਾਂ ਦੀ ਕੋਈ ਨਾ ਤੇ ਟ੍ਰੇਨਿੰਗ ਆ, ਇਹਨਾਂ ਦਾ ਇੱਕ ਹੀ ਕੰਮ ਹੈ ਕਿ ਨਜਾਇਜ਼ ਲੋਕਾਂ ਨੂੰ ਤੰਗ ਕਰਨਾ, ਨਜਾਇਜ਼ ਲੋਕਾਂ ਨੂੰ ਮਾਰਨਾ, ਨਜਾਇਜ਼ ਲੋਕਾਂ ਤੋਂ ਪੈਸੇ ਖੋਹਣੇ ਪੰਜਾਬ ਦੇ ਵਿੱਚ ਜੀ। ਔਰ ਉਹ ਆਣ ਕੇ ਆਰਮੀ ਨੇ ਕਵਰੇਜ ਕੀਤਾ, ਜੋ ਉੱਥੇ ਤਿਬਰੀ ਸਟੇਸ਼ਨ ਕੋਲ ਜਾਂ ਆਰਮੀ ਦਾ ਉਹਨਾਂ ਨੇ ਆਣ ਕੇ ਕਵਰੇਜ ਕੀਤੇ, ਉਹ 3 ਜੋ ਮਿਲੀਟੈਂਟ ਮਾਰੇ ਹਾਂਜੀ, ਔਰ ਬਾਅਦ ਦੇ ਵਿੱਚ ਬਿਆਨ ਦੇ ਰਹੇ ਪੰਜਾਬ ਪੁਲਿਸ ਦਾ DGP ਵੀ ਉੱਥੇ ਮੌਕੇ ਤੇ ਜਦ ਪਹੁੰਚਿਆ ਹੋਇਆ, 4-5 10 ਘੰਟੇ ਉਹਨਾਂ ਦਾ ਮੁਕਾਬਲਾ ਚੱਲਦਾ ਰਿਹਾ, ਔਰ ਪੁਲਿਸ ਨੇ 10 ਘੰਟਿਆਂ ਦੇ ਵਿੱਚ ਕੁਛ ਨੀ ਕੀਤਾ, ਜੋ ਆਰਮੀ ਨੇ ਆਣ ਕੇ ਕਵਰੇਜ ਕੀਤੀ ਜੀ। ਔਰ ਬਾਅਦ ਦੇ ਵਿੱਚ ਇਹਨਾਂ ਨੇ ਬਿਆਨ ਦੇ ਦਿੱਤਾ ਜੀ, ਇਹ ਪੁਲਿਸ ਨੇ ਬਹੁਤ ਮੁਸਤਾਦੀ ਦੇ ਨਾਲ ਇਹਨਾਂ ਦੇ ਇਹਨਾਂ ਨੂੰ ਕਵਰੇਜ ਕਰਕੇ 3 ਮਿਲੀਟੈਂਟ ਮਾਰ ਦਿੱਤੇ, ਜਦਕਿ ਪੁਲਿਸ ਨੇ ਇੱਕ ਵੀ ਮਿਲੀਟੈਂਟ ਨੀ ਮਾਰਿਆ, ਕੋਈ ਇਹਨਾਂ ਦੀ ਕਾਰਵਾਈ ਨੀ। ਜੋ ਵੀਡੀਓ ਦੇ ਵਿੱਚ ਵੀ ਵੇਖਣ ਨੂੰ ਮਿਲ ਰਿਹਾ, ਕੰਧਾਂ ਦੇ ਪਿੱਛੇ ਓਹਲੇ ਬੈਠੇ ਉੱਥੇ ਫਾਇਰ ਕਰ ਰਹੇ ਨੇ ਜੀ ਜੀ। ਇਹ ਤਾਂ ਇਹਨਾਂ ਦੀ ਕੋਈ ਸਾਜ਼ਿਸ਼ ਆ, ਅਸੀਂ ਤੇ ਇਹੋ ਸੋਚ ਰਹੇ ਹਾਂ, ਸਾਰੇ ਪੰਜਾਬ ਵੀ ਸੋਚ ਰਿਹਾ ਕਿ ਇਹ ਸਰਕਾਰ ਦੀ ਸਾਜ਼ਿਸ਼ ਆ ਕੋਈ, ਕਿ ਬਾਪੂ ਭੁੱਖ ਹੜਤਾਲ ਤੇ ਬੈਠੇ ਹਨ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਹਾਂਜੀ, ਔਰ ਇਹਨਾਂ ਨੇ ਕਿਸ ਤਰੀਕੇ ਨਾਲ ਵੀ ਇਹ ਜਿਹੜਾ ਮਾਹੌਲ ਆ ਪੰਜਾਬ ਦਾ ਕਿਸ ਪਾਸੇ ਨੂੰ ਵੀ ਲਿਜਾਇਆ ਜਾਏ, ਉਸ ਤਰੀਕੇ ਦੇ ਨਾਲ ਇਹਨਾਂ ਨੇ ਇਹ ਕਾਰਵਾਈ ਕਰਾਈ ਆ ਹਾਂਜੀ। ਕਿਉਂਕਿ ਪਿਛਲੇ ਦਿਨ ਵੀ ਇਹਨਾਂ ਨੇ ਜਦੋਂ ਇੱਕ ਇਹਨਾਂ ਦੀ ਬੱਸ ਦੇ ਵਿੱਚ ਇੱਕ ਛੋਟੀ ਬੱਚੀ ਨੂੰ ਇਹਨਾਂ ਨੇ ਧੱਕਾ ਦੇ ਕੇ ਬਾਹਰ ਸੁੱਟ ਕੇ ਮਾਰ ਦਿੱਤਾ ਡਰਾਈਵਰਾਂ ਨੇ ਜੀ, ਔਰ ਉਸ ਟਾਈਮ ਵੀ ਇਹਨਾਂ ਨੇ ਜਦੋਂ ਪੂਰਾ ਮਸਲਾ ਭਟਿਆ ਤੇ ਇਹਨਾਂ ਨੇ ਇੱਕ ਪੰਜਾਬ ਦੇ ਵਿੱਚ ਇੱਕ ਰੀਤ ਚਲਾਤੀ ਜੀ, ਇੱਕ ਯਾਤਰਾ ਚਲਾਤੀ ਜੀ, ਗੁਰੂ ਸਾਹਿਬ ਦੇ ਜੋ ਪੁਰਾਤਨ ਹਥਿਆਰ ਸੀ ਉਹਨਾਂ ਦੇ ਦਰਸ਼ਨ ਲਈ, ਤੇ ਸੰਗਤ ਨੂੰ ਕਿਸ ਤਰੀਕੇ ਨਾਲ ਦੂਸਰੇ ਪਾਸੇ ਉਹਨਾਂ ਦਾ ਧਿਆਨ ਲਾਇਆ ਜਾਏ ਜੀ। ਬਿਲਕੁਲ, ਇਹ ਬਿਲਕੁਲ ਬੜੀ ਵੱਡੀ ਇੱਕ ਚਾਲ ਚੱਲਦੇ ਨੇ, ਇੱਕਦਮ ਜੋ ਪੰਜਾਬ ਦਾ ਮਾਹੌਲ ਆ ਦੂਸਰੇ ਪਾਸੇ ਨੂੰ ਧਿਆਨ ਕਰ ਦਿੰਦੇ ਆ, ਕਿ ਉਸ ਚ ਉਹਨਾਂ ਦਾ ਧਿਆਨ ਸਾਡੇ ਦੂਸਰੇ ਪਾਸੇ ਨੂੰ ਚੱਲ ਪਏ। ਇਹ ਕਾਰਵਾਈ ਇਹਨਾਂ ਨੇ ਇਸ ਤਰੀਕੇ ਨਾਲ ਹੀ ਕਰਾਈ ਆ ਕਿ ਬਾਪੂ ਜੀ ਉੱਧਰ ਭੁੱਖ ਹੜਤਾਲ ਤੇ ਬੈਠੇ ਨੇ,
कि किस तरीके नाल पंजाब दा जिहड़ा ध्यान दूजे पासे दुनिया दा लाया जाए। बिल्कुल जी जी जी। तो वीर जी, इस घटना बारे असीं होर वी वेरवे दे नाल थोड़ा कुछ जानकारी लवेंगे, पर उस तो पहला असीं शहीद भाई जसपाल सिंह जी दे केस बारे थोड़ा नाल गलबात करना चाहवांगे। जिस तरह शहीद भाई जसपाल सिंह जी दा केस हाई कोर्ट दे विच उहदा की फैसला आया है, तो यह भी दसो कि किवें जिहड़े कातिल पुलिस सी उह किस तरह छुट गए, इस बारे पूरी जानकारी साडे दर्शकां नाल सांझी करो। हाँ जी भैन जी, जदों तकरीबन संस्कार होया उस टाइम साडे तां जथेदारां ने इत्थे वादे कीते गए असीं इहनां दे परचा करावांगे जी, लेकिन कोई कार्रवाई नहीं हुई है। साडे नाल झूठे वादे करके गुरु महाराज जी झूड़ी दे विच झूठ बोल के साडे नाल सिंह साहब जो ज्ञानी गुरभजन सिंह अकाल तख्त साहब का जथेदार जी, साडे नाल तकरीबन सारे झूठ बोल के इन्होंने संस्कार करा दिता। और बाद दे विच जदों सानू पता लगा के कोई किसी का एक एएसआई नू सिर्फ इन्होंने इथों सस्पेंड किया और एक हफ्ते के बाद बहाल कर दिता। हाँ जी, बाकी जेडे मौके दे पुलिस मुलाजम सी डी एस पी एस एस पी तहसीलदार इन्ह सारे इन्होंने ट्रांसफर कर दी, किसी सस्पेंड नहीं किया, किसी मुअत्तल नहीं किया जी। और जो इनक्वायरी हुई पहला कमिश्नर की इनक्वायरी बैठी जो जलंधर रेंज सी आसा लद्दड़, हाँ जी, उन्होंने इनक्वायरी की तकरीबन छे महीने। इनक्वायरी के उन्होंने काफी जिहड़ी सी वो साडे हक दे विच जित्ती, क्योंकि उन्होंने घर घर जा के उस एरिए दे विच जिथे गोली कांड किया जी ने पुलिस ने धक्के नाल जी, उन्होंने कले कले उस महल्ले दे विच जा के आप इनक्वायरी की, तकरीबन उन्होंने रिपोर्ट दी कि पुलिस ने जो गोली चलाई है बिल्कुल नजायज सी, इत्थे गोली चलाउण दा कोई मकसद नहीं। इन्होंने एक सौ संताली एस एल आर दे फायरिंग की और उत्थे बिल्कुल फायरिंग की लोड़ नहीं, क्योंकि बच्चे तो आराम नाल शांतमई बैठे सतना वाहिगुरु का जाप कर रहे जो अपनी मंगा वास्ते जो इन्होंने दस्तारा लाइया छोटे बच्चों दया सारिया गई। हाँ जी, और उन्होंने संतां दा उस दिन पुतला सारना सी जी, जदों शांतमई बैठे बच्चे ने कोई कोई तकरार नहीं आ, असीं शांतमई अपना हक भी नहीं लै सकते इस आजाद देश दे विच। हाँ जी, पर शांतमई बच्चों से इन्होंने फायरिंग की और गोली चलाई और इस तरह जसपाल सिंह शहीद किया। दूसरा सिंह भाई रणजीत सिंह जो जख्मी हो गया जी, चलो महाराज की कृपा के नाल हुण ठीक ठाक है जी जी जी। उस तों बाद इन्होंने ਉਹ ਕੋਈ ਕਾਰਵਾਈ ਨਹੀਂ ਕੀਤੀ। ਉਹ ਚਲੋ ਇਸਨੇ ਜੋ ਲੱਦਰ ਨੇ ਇਨਕੁਆਇਰੀ ਕੀਤੀ ਕਾਫੀ ਹੱਦ ਤੱਕ ਸਹੀ ਦਿੱਤੀ। ਉਹ ਕੋਰਟ ਨੇ ਵੀ ਵੇਖੋ ਭੈਣ ਜੀ ਉਹਦੇ ਉੱਤੇ ਕੋਈ ਐਕਸ਼ਨ ਨਹੀਂ ਲਿਆ। ਜਦੋਂ ਦੁਬਾਰਾ ਕੋਰਟ ਨੇ ਉਹਦੇ ਤੇ ਡਿਸੀਜਨ ਮੰਗਿਆ ਤੇ ਇਹਨਾਂ ਨੇ ਟਾਈਮ ਮੰਗ ਲਿਆ ਕਿ ਸਾਨੂੰ ਦੁਬਾਰਾ ਤਿੰਨ ਮਹੀਨੇ ਦਾ ਟਾਈਮ ਦਿੱਤਾ ਜਾਵੇ ਜੀ, ਔਰ ਅਸੀਂ ਦੁਬਾਰਾ ਇਨਕੁਆਇਰੀ ਕਰਾਉਣੀ ਆ। ਪੁਲਿਸ ਗੋਲੀ ਚਲਾਉਣ ਵਾਲੀ ਆ, ਪੁਲਿਸ ਹੀ ਭੈਣ ਜੀ ਇਨਕੁਆਇਰੀ ਕਰਨ ਵਾਲੀ ਆ, ਔਰ ਪੁਲਿਸ ਨੇ ਜੋ ਸਾਰੀ ਰਿਪੋਰਟ ਸੀ ਉਹਨਾਂ ਦੇ ਹੱਕ ਵਿੱਚ ਦਿੱਤੀ, ਔਰ ਉਹ ਜੋ ਸਾਡੀ ਸੀ ਬੀ ਆਈ ਦੀ ਅਸੀਂ ਮੰਗ ਕੀਤੀ ਹੋਈ ਸੀ ਮਾਨਯੋਗ ਹਾਈ ਕੋਰਟ ਵਿੱਚ, ਹਾਂਜੀ, ਉਹ ਸਾਡੀ ਉਹਨਾਂ ਨੇ ਰਿਜੈਕਟ ਕਰ ਦਿੱਤੀ ਆ ਇਸ ਟਾਈਮ ਦੀ। ਓਕੇ ਜੀ, ਵੀ ਅਸੀਂ ਹੁਣ ਦੁਬਾਰਾ ਇਹ ਸੁਪਰੀਮ ਕੋਰਟ ਦੇ ਵਿੱਚ ਜਿਹੜਾ ਉਹ ਦੁਬਾਰਾ ਪਟੀਸ਼ਨ ਪਾਉਣ ਜਾ ਰਹੇ ਹਾਂ ਜੀ, ਆਪਣੇ ਕੇਸ ਦੀ ਤਿਆਰੀ ਕਰਕੇ ਸਾਰੇ ਦੀ। ਹਾਂਜੀ ਜੀ, ਤੇ ਵੀ ਜੀ ਸਾਨੂੰ ਕਿਸ ਤਰੀਕੇ ਨਾਲ ਨਿਆਂ ਮਿਲ ਸਕੇ ਜੀ। ਹਾਂਜੀ ਬਿਲਕੁਲ, ਤੇ ਵੀ ਜੀ ਜਸਟ ਫੋਰ ਮਾਈ ਇਨਫੋਰਮੇਸ਼ਨ, ਤੁਸੀਂ ਜਿਹੜੀ ਆ ਸੁਪਰੀਮ ਕੋਰਟ ਦੇ ਦੁਆਰਾ ਕਾਰਵਾਈ ਕਰਨ ਲੱਗੇ ਹੋ, ਕਦੋਂ ਕਰੋਗੇ ਐਂਡ ਇਸ ਬਾਰੇ ਸਾਨੂੰ ਥੋੜੀ ਦਰਸ਼ਕਾਂ ਨੂੰ ਜਾਣਕਾਰੀ ਦਿਓ। ਹਾਂ ਜੀ, ਅਸੀਂ ਜੀ ਇੱਕ ਦੋ ਹਫ਼ਤੇ ਦੇ ਵਿੱਚ ਵਿੱਚ ਸਾਡਾ ਕੇਸ ਉੱਥੇ ਤਿਆਰ ਹੋ ਗਿਆ। ਜੋ ਵਕੀਲ ਸਾਹਿਬ ਨੂੰ ਜਿਹੜੇ ਨੂੰ ਦਿੱਤਾ ਜੀ, ਉਹ ਥੋੜਾ ਕਿਸੇ ਬਾਹਰ ਕਿਸੇ ਦੌਰੇ ਤੇ ਗਏ ਦੇ, ਉਹਦੇ ਕਰਕੇ ਥੋੜਾ ਵੇਟ ਹੋਣ ਡਿਆ, ਕਿਉਂਕਿ ਉਹ ਆਉਣਗੇ ਤਾਂ ਫੇਰ ਹੀ ਮੇਰੇ ਸਾਇਨ ਹੋਣੇ ਨੇ ਜੀ, ਔਰ ਫਿਰ ਉਹ ਜੋ ਕੇਸ ਜਿਹੜਾ ਸੁਪਰੀਮ ਕੋਰਟ ਵਿੱਚ ਪਾ ਦਿੱਤਾ ਜਾਏਗਾ ਜੀ। ਓਕੇ, ਤੇ ਵੀਰ ਜੀ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਇਸ ਕੇਸ ਦੇ ਉੱਪਰ ਵੀ ਤੁਹਾਡੇ ਕੋਲ ਹੋਰ ਵਿਚਾਰ ਤੁਹਾਡੇ ਲਵਾਂਗੇ, ਪਰ ਜਿਸ ਤਰ੍ਹਾਂ ਸਾਡੇ ਕੋਲ ਟਾਈਮ ਵੀ ਬਹੁਤ ਲਿਮਿਟਿਡ ਹੈ, ਹੁਣ ਅਸੀਂ ਨੈਕਸਟ ਕੁਐਸਚਨ ਤੇ ਮੂਵ ਆਨ ਹੁੰਦੇ ਹਾਂ। ਜਿਸ ਤਰ੍ਹਾਂ ਬਲਜੀਤ ਸਿੰਘ ਜਿਹੜਾ ਐਸ ਪੀ ਹੈ ਉਹਨੂੰ ਬਹੁਤ ਵੱਡਾ ਸ਼ਹੀਦ ਬਣਾ ਕੇ ਪੇਸ਼ ਕੀਤਾ ਜਾ ਰਿਹਾ ਸਾਰੇ ਸਾਹਮਣੇ, ਪਰ ਇਸਦਾ ਪਰਿਵਾਰਿਕ ਪਿਛੋਕੜ ਬਾਰੇ, ਇਸਦਾ ਪਰਿਵਾਰਿਕ ਜਿਹੜਾ ਪਿਛੋਕੜ ਹੈ ਬੜਾ ਹੀ ਸ਼ੱਕੀ ਹੈ, ਇਸ ਬਾਰੇ ਤੁਸੀਂ ਸਾਡੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ ਦੋ ਤਿੰਨ ਮਿੰਟ ਦੇ ਅੰਦਰ? ਹਾਂਜੀ, ਮੈਂ ਭੈਣ ਜੀ ਇਹ ਦੱਸਣਾ ਚਾਹੁੰਦਾ ਕਿ ਜੇ ਉਹ ਜੋ ਇਹ ਐਸ ਪੀ ਡੀ ਜੋ ਮਰਿਆ ਇੱਥੇ ਦੀਨਾ ਨਗਰ ਗੋਲੀ ਕਾਂਡ ਵਿੱਚ ਜੀ, ਜੋ ਇਹਦਾ ਬਾਪ ਸੀ ਉਹ ਥਾਣੇਦਾਰ ਸੀ, ਉਹ ਥਾਣੇਦਾਰ ਜੋ ਸੜਕ ਦੇ ਉੱਤੇ ਜਦੋਂ ਨਾਕੇ ਲਾ ਕੇ ਜੋ ਟਰੱਕ ਡਰਾਈਵਰ ਸੀ ਇਹਨਾਂ ਨੂੰ ਬਹੁਤ ਤੰਗ ਕਰਦਾ ਹੁੰਦਾ ਸੀ, ਇਹਨਾਂ ਕੋਲ ਜਬਰੀ ਪੈਸੇ ਵਸੂਲ ਕਰਦਾ ਸੀ। ਹਾਂਜੀ, ਉਹ ਏਦਾਂ ਇਹਨਾਂ ਨੇ ਨਾਕਾ ਲਾਇਆ ਹੋਇਆ ਵੀ ਹਾਰ ਕੇ ਜੋ ਜਦੋਂ ਬੰਦਾ ਦੁਖੀ ਹੋ ਜਾਂਦਾ ਉਹ ਕੁਛ ਨਾ ਕੁਛ ਜ਼ਰੂਰ ਕਰਦਾ। ਉਹ ਟਰੱਕ ਡਰਾਈਵਰ ਨੇ ਇਹਨੂੰ ਨਾਕੇ ਦੇ ਦੌਰਾਨ ਟਰੱਕ ਦੇ ਥੱਲੇ ਦੇ ਕੇ ਮਾਰਿਆ ਇਸਦੇ ਬਾਪ ਨੂੰ ਜੀ, ਔਰ ਉਸ ਨੂੰ ਇਹ ਪ੍ਰਕਾਸ਼ ਸਿੰਘ ਬਾਦਲ ਜੋ ਆ ਸ਼ਹੀਦ ਦੱਸਣ ਦਿਆ ਕਿ ਸ਼ਹੀਦ ਦਾ ਬੇਟਾ ਹੈ, ਉਹ ਮਾਰਨ ਦੇ ਬਾਵਜੂਦ ਫਿਰ ਇਸ ਨੂੰ ਡਾਇਰੈਕਟ ਏ ਐਸ ਆਈ ਭਰਤੀ ਕੀਤਾ ਗਿਆ, ਜੋ ਆ ਕੇ ਐਸ ਪੀ ਦੇ ਰਿੰਕ ਤੱਕ ਪਹੁੰਚਿਆ। ਇਹਨਾਂ ਦਾ ਇਹ ਪਿਛੋਕਰ ਆ ਕਿਉਂਕਿ ਇਹਦਾ ਬਾਪ ਪੈਸੇ ਗਰਾਉਂਦਾ ਸੜਕ ਦੇ ਉੱਤੇ ਡਰਾਈਵਰਾਂ ਨੇ ਅੱਕ ਕੇ ਮਾਰਿਆ ਸੀ ਟਰੱਕ ਦੇ ਥੱਲੇ ਦੇ ਕੇ ਜੀ, ਔਰ ਉਸ ਨੂੰ ਇਹ ਬਾਦਲ ਜਿਹੜਾ ਆਪਣਾ ਉਹਨੂੰ ਸ਼ਹੀਦ ਕਰਾਰ ਦੇ ਰਿਹਾ ਕਿ ਇਹਦਾ ਬਾਪ ਵੀ ਬੜਾ ਸ਼ਹੀਦ ਸੀ, ਸ਼ਹੀਦੀ ਪ੍ਰਾਪਤ ਕੀਤੀ।
ਤਾਂ ਇਧਰੋਂ ਦਾ ਤੋਂ ਮਰਿਆ ਤੇ ਸੀਗੀ ਕਿੱਥੋਂ ਪ੍ਰਾਪਤ ਕਰਦੀ ਇਹਨਾਂ ਨੇ ਜੀ ਜੀ ਵੀ ਇਹਨਾਂ ਦਾ ਪਸੋਕੜ ਦੇ ਜੀ ਹਾਂਜੀ ਵੀ ਜੀ ਥੈਂਕ ਯੂ ਸੋ ਮਚ ਕਿ ਤੁਸੀਂ ਇਹਨਾਂ ਕੁਝ ਰੀਸੈਂਟ ਮੁੱਦਿਆਂ ਦੇ ਉੱਪਰ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਸਪੈਸ਼ਲੀ ਬਲਜੀਤ ਸਿੰਘ ਜੀ ਦੇ ਜਿਹੜਾ ਪਿਛੋਕੜ ਸੀ ਉਸਦੇ ਬਾਰੇ ਸਾਨੂੰ ਡਿਟੇਲ ਦਿੱਤੀ ਆਲਸੋ ਵੀ ਸ਼ਹੀਦ ਭਾਈ ਜਸਪਾਲ ਸਿੰਘ ਜੀ ਦੇ ਕੋਰਟ ਦੇ ਬਾਰੇ ਸਾਨੂੰ ਜਾਣਕਾਰੀ ਦਿੱਤੀ ਥੈਂਕ ਯੂ ਸੋ ਮਚ ਵੀ ਜੀ ਦੇਖੋ ਇੱਕ ਅੱਧਾ ਮਿੰਟ ਰਹਿ ਗਿਆ ਐਦਿਆਂ ਕਿਉਂਕਿ ਤੁਹਾਨੂੰ ਅਸੀਂ ਬਹੁਤ ਲੰਬੇ ਟਾਈਮ ਤੋਂ ਬਾਅਦ ਦਰਸ਼ਕਾਂ ਦੇ ਰੂਬਰੂ ਕਰਵਾਉਣੇ ਤੁਸੀਂ ਕੋਈ ਸੁਨੇਹਾ ਕਿਉਂਕਿ ਹੁਣ ਟੀਵੀ 84 ਪੂਰੀ ਦੁਨੀਆ ਦੇ ਵਿੱਚ ਸਿੱਖ ਕੌਮ ਤੁਹਾਨੂੰ ਵੇਖਦੀ ਹੈ ਸੁਣਦੀ ਹੈ ਸਾਰੇ ਵਿਚਾਰ ਸਾਂਝੇ ਕਰਦੇ ਨੇ ਤੁਸੀਂ ਤੁਹਾਡੇ ਟੀਵੀ 84 ਦੇ ਦਰਸ਼ਕਾਂ ਨੂੰ ਥੋੜੇ ਜਿਹੇ ਸੈਕਿੰਡ ਵਿੱਚ ਕੀ ਕਹਿਣਾ ਚਾਹੋਗੇ ਸਾਡੀ ਭੈਣ ਜੀ ਬੇਨਤੀ ਹੈ ਕਿ ਸਾਧ ਸੰਗਤ ਨੂੰ ਪੂਰੀ ਸਿੱਖ ਸੰਗਤ ਨੂੰ ਜੀ ਦੇਸਾਂ ਵਿਦੇਸਾਂ ਦੇ ਵਿੱਚ ਅਸੀਂ ਸ਼ਹੀਦ ਭਾਈ ਜਸਪਾਲ ਸਿੰਘ ਦੀ ਯਾਦ ਵਿੱਚ ਆਪਣੇ ਨਗਰ ਦੇ ਵਿੱਚ ਗੁਰਦੁਆਰਾ ਸਾਹਿਬ ਜੋ ਆ ਉਹਨਾਂ ਦੀ ਯਾਦ ਵਿੱਚ ਬਣਾ ਰਹੇ ਹਾਂ ਹਾਂਜੀ ਸੋ ਤਕਰੀਬਨ ਅੱਧਾ ਕੁ ਕੰਮ ਹੋਇਆ ਸਾਡਾ ਪ੍ਰੋਜੈਕਟ ਵੱਡਾ ਹੈ ਉਹਦੇ ਵਿੱਚ ਅਸੀਂ ਸੰਗਤਾਂ ਨੂੰ ਇਹ ਬੇਨਤੀ ਕਰਨੀ ਚਾਹੁੰਦੇ ਹਾਂ ਕਿ ਸਾਨੂੰ ਵੱਧ ਤੋਂ ਵੱਧ ਉਹਦੇ ਵਿੱਚ ਸਹਿਯੋਗ ਦਿੱਤਾ ਜਾਏ ਜੋ ਸੰਗਤ ਇੱਥੇ ਆਉਂਦੀ ਹੈ ਉਹ ਆਣ ਕੇ ਉਹ ਕੰਮ ਦੇਖੇ ਵੀ ਔਰ ਪਤਾ ਵੀ ਚੱਲਦਾ ਕਿ ਵਾਕਿਆ ਹੀ ਉਹਨਾਂ ਦੀ ਯਾਦ ਵਿੱਚ ਜੋ ਯਾਦਗਾਰ ਲੋਤਾ ਪੁੱਤਰ ਆਪਾਂ ਪੂਰੀ ਸਿੱਖ ਕੌਮ ਦੇ ਸਾਰੇ ਬੱਚੇ ਨੇ ਤੁਹਾਡੇ ਸਾਰੇ ਅਸੀਂ ਬੱਚੇ ਹੀ ਆ ਅਸੀਂ ਵੀ ਤੁਹਾਨੂੰ ਆਪਣੀ ਫੈਮਿਲੀ ਵਾਂਗੂ ਹੀ ਉਸ ਤਰ੍ਹਾਂ ਦਾ ਪਿਆਰ ਦਿੰਦੇ ਹਾਂ ਅਸੀਂ ਵੀ ਜਦੋਂ ਵੀ ਇੰਡੀਆ ਆਵਾਂਗੇ ਜ਼ਰੂਰ ਅਸੀਂ ਵੀ ਵਿਜ਼ਿਟ ਕਰਾਂਗੇ ਸੋ ਥੈਂਕ ਯੂ ਸੋ ਮਚ ਫਾਰ ਐਵਰੀਥਿੰਗ ਵੀਰ ਜੀ ਹੁਣ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਜੀ ਵਿਊਅਰਸ ਇਸ ਦੇ ਨਾਲ ਅਸੀਂ ਤੁਹਾਡੇ ਕੋਲ ਇਜਾਜ਼ਤ ਲੈਂਦੇ ਹਾਂ ਕੱਲ੍ਹ ਮਿਲਾਂਗੇ ਸੇਮ ਟਾਈਮ ਸੇਮ ਸ਼ੋਅ 'ਤੇ ਤਦ ਤੱਕ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ